ਹਲੋ ਜੀ ਬਾਬੂ ਜੀ ਪੜੋ ਆ ਜਾ ਜੀ ਆ ਜਾ ਨੇੜੇ ਨੇ ਸਾਰੇ ਤੇ ਨਾਲ ਦੇ ਬੰਦੇ ਨੇ ਕਰ ਲਈ ਕੋਸ਼ਿਸ਼ ਬਾਕੀ ਸਾਹ ਕਰਾ ਦੇ ਨਹੀਂ ਪੁਰਾ ਲੈਂ ਚੱਕ ਇੱਧਰ ਇੱਧਰ ਇੱਕ ਮਿੰਟ ਇੱਕ ਮਿੰਟ ਅੰਦਰ ਹੀ ਨਾਲ ਕੋ ਮੋਹੀ ਨਾ ਇੱਧਰ ਇੱਧਰ ਆ ਜਾ ਪੀ ਦੇ ਆ ਜਾ ਲੋ ਲਾ ਆ ਜਾ ਪਈ ਸਾਹਮਣੇ ਦੋਰਾ ਦੇਖੇ ਜੀ ਠੀਕ ਹੈ ਜੀ तुम्हें पा दो पा दे पिछे हाँ जी क्योंकि अज का ये जो मेडिकल कैंप है ये सा जो कैंसर अखा का और साढ़े एन आर आई वीर के सहयोग न जो कैंप लगाया गया मैं उन्होंने सारे एन आर आई वीर का जिन्होंने अपनी कंट्रीब्यूशन दिखी है मैं उन्होंने तह दिल तो धन्यवाद करना और जिन्होंने उपराले ये जरा फंक्शन ऑर्गेनाइज किया इस नगर के मौजूदा सरपंच साहब सबका सरपंच रणजीत सिंह जी चार्ज समुची पंचायत कुलदीप सिंह एन आर आई मैं जिन्हें भी इतों बक बक पिंड तो सरपंच आए हैं डॉक्टर साहबान की टीम है और सारे प्रेस के साथी आ मैं ना सारे का बहुत ही तह दिल तो धन्यवाद करदा और एन आर आई वीर का सहयोग जोड़ा है दुआबे की धरती से बहुत रहा हर काम चाहे वह पिंड की डिवेलपमेंट हो चाहे वह मेडिकल लाइन हो चाहे कोई होर डिवेलपमेंट का काम हो क्योंकि तो शो हों कि जो एन आर आई साढ़े वीर है उन्होंने मन च अपनी जी मातृभूमि है वो प्यार है दर्द है इतों के दुख सुख के साथी आ मैं फिर दोबारा उन्हों सारे वीर का तह दिल तो धन्यवाद करना वाहेगुरु जी का खालसा वाहेगुरु जी की फतह ठीक है ऑपरेशन ऑन कंट्रोल कर लिया जॉब उन्हें कंपलसरी कर दिया सोशल सिक्योरिटी उन्होंने मेनटेन कर लिया और जरा हेल्थ केयर है इंफ्रास्ट्रक्चर है तो फिर फैसिलिटीज बढ़िया दे रही है गवर्नमेंट बट अपनी गवर्नमेंट दे विच हाले इतनी ज़्यादा आप नहीं कह सकते कि हेल्थ फैसिलिटीज जी प्रोवाइड करवाई जा रही है क्योंकि साडा सिस्टम ही हो रहा है ना हाँ जी हाँ जी पॉपुलेशन वाला संजय गांधी ने शुरू किया इंप्लीमेंटेशन आइडिया ठीक से पर इंप्लीमेंटेशन कल मुड़ के इन सरकार डरिया कोई भी नहीं शुरू कर ਬੜੇ ਤੇ ਬਣ ਜਾਂਦੇ ਆ ਲਾਸ ਹੁੰਦੇ ਜਿਹੜੀ ਸਕੀਮ ਚਾਲੂ ਹੋ ਜਾਂਦੀ ਹੈ ਬਟ ਉਹਨੂੰ ਇੰਪਲੀਮੈਂਟ ਇੰਨੇ ਵਧੀਆ ਤਰੀਕੇ ਨਾਲ ਨਹੀਂ ਹੁੰਦਾ ਕਿਉਂਕਿ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ਗੱਲ ਇੱਥੇ ਪੈ ਗਈ ਆ ਡਿਕਟੇਟਰਸ਼ਿਪ ਜਿਹੜੇ ਕੋਈ ਮਾੜਾ ਥਾਣੇਦਾਰ ਆਵੇ ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਜਿਹੜਾ ਗੱਲ ਤੋਂ ਜੀ
ਚਲੋ ਉਸੇ ਟਾਈਮ ਤੇ ਕਰ ਚੈਰੀਟੇਬਲ ਸੁਸਾਇਟੀ ਹੈ ਉਹਦੇ ਦੁਆਰਾ ਜਿਹੜਾ ਇਹ ਮਾਨਵਤਾ ਦਾ ਭਲਾ ਕਰਨ ਵਾਸਤੇ ਜਿਹੜਾ ਇਹ ਜਿਹੜਾ ਆ ਕੈਂਪ ਲਗਾਉਂਦੇ ਆ ਮੈਂ ਸਮਝਦਾ ਕਿ ਸਭ ਤੋਂ ਨੋਬਲ ਕਾਜ ਹੈ ਕਿਉਂਕਿ ਇੰਡੀਆ ਦੇ ਅੰਦਰ ਜਿਹੜੀ ਹੈਲਥ ਸਿਸਟਮ ਹੈ ਜਾਂ ਹੈਲਥ ਇੱਕ ਬਹੁਤ ਵੱਡੀ ਜਿਹੜੀ ਆ ਉਹਨੂੰ ਮੇਨਟੇਨ ਕਰਨ ਵਾਸਤੇ ਇਸ ਨੂੰ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਔਰ ਉਹਦੇ ਅੰਦਰ ਜਿਹੜੇ NRI ਸਾਡੇ ਅਮੀਰ ਹੈ ਜਾਂ ਜਿਹੜਾ ਇਹ ਵਰਲਡ ਕੇਅਰ ਵਰਲਡ ਕੈਂਸਰ ਕੇਅਰ ਚੈਰੀਟੇਬਲ ਹੈ ਸੁਸਾਇਟੀ ਹੈ ਇਹਨਾਂ ਦਾ ਵੀ ਬਹੁਤ ਵੱਡਾ ਕਿਉਂਕਿ ਲੋਕਾਂ ਕੋਲ ਅਰਬਾਂ ਰੁਪਇਆ ਕਰੋੜਾਂ ਰੁਪਇਆ ਲੇਕਿਨ ਇਸ ਤਰ੍ਹਾਂ ਦੇ ਨੋਬਲ ਕਾਜ ਲਈ ਜਿਹੜੇ ਲੋਕ ਆਪਣੇ ਆਮਦਨ 'ਚੋਂ ਡੋਨੇਟ ਕਰਦੇ ਆ ਮੈਂ ਸਮਝਦਾ ਕਿ ਵਾਕਿਆ ਹੀ ਜਿਹੜੇ ਆ ਉਹ ਬਹੁਤ ਉਹਨਾਂ ਦਾ ਕਾਰਜ ਜਿਹੜਾ ਸ਼ਲਾਘਾਯੋਗ ਹੈ ਮੈਂ ਜਾਤੀ ਤੌਰ 'ਤੇ ਵੀ ਔਰ ਪਾਰਟੀ ਵੱਲੋਂ ਵੀ ਮੈਂ ਉਹਨਾਂ ਦਾ ਬਹੁਤ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਖਾਸ ਕਰਕੇ ਡਾਕਟਰ ਸਾਹਿਬਾਨ ਦਾ ਇਹਨਾਂ ਦੀ ਪੂਰੀ ਟੀਮ ਦਾ ਔਰ ਜਿਹੜੇ ਇੱਥੇ ਦੇ ਔਰਗਨਾਈਜ਼ਰ ਹੈ ਜੱਜ ਸਾਹਿਬ ਔਰ ਪੂਰੀ ਪੰਚਾਇਤ ਇੱਕ NRI ਸਾਡੇ ਵੀਰ ਹੈ ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕੈਂਸਰ ਇਹ ਹੈ ਲਾਈ ਜਾਂਦੀ ਕੈਂਪ ਕਿ ਪ੍ਰਾਈਵੇਟ ਜਾਂ ਸੰਸਥਾਵਾਂ ਵੱਲੋਂ ਜਾਂ NRI ਵੱਲੋਂ ਕੀ ਤੁਸੀਂ ਸਰਕਾਰ ਦੇ ਵਿੱਚ ਇੱਕ ਨੁਮਾਇੰਦੇ ਹੋ ਤੁਸੀਂ ਪੋਲੀਟੀਸ਼ੀਅਨ ਦੇ ਵਿੱਚ ਤੌਰ 'ਤੇ ਸਰਕਾਰ ਨੂੰ ਕੀ ਉਹਨਾਂ ਆਪਣੀ ਸਰਕਾਰ ਹੈ ਕਿ ਇਹੋ ਜਿਹੇ ਕੰਮ ਜਿਹੜਾ ਸਰਕਾਰ ਵੱਲੋਂ ਵੀ ਹੈ ਕਿਉਂਕਿ ਇਹਨੂੰ ਬਣੇ ਨੂੰ ਭਾਵੇਂ ਅਜੇ ਥੋੜ੍ਹਾ ਸਮਾਂ ਹੋਇਆ ਲੇਕਿਨ ਮੈਂ ਸਮਝਦਾ ਕਿ ਇਸ ਗੱਲ ਇਹ ਡਿਟਰਮਿੰਡ ਹੈ ਕਿ ਲੋਕਾਂ ਨੂੰ ਅੱਛੀਆਂ ਸਿਹਤ ਜ਼ਰੂਰਤਾਂ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਜਿੰਨੇ ਵੀ ਸੋਰਸ ਹੈ ਸਟੇਟ ਦੇ ਉਹਨਾਂ ਦੀ ਮੈਕਸੀਮਮ ਉਹਨਾਂ ਦੀ ਯੂਟੀਲਾਈਜੇਸ਼ਨ ਹੋਵੇ ਤਾਂ ਕਿ ਮੈਕਸੀਮਮ ਲੋਕਾਂ ਨੂੰ ਜਿਹੜਾ ਆ ਉਹਨਾਂ ਨੂੰ ਹੈਲਥ ਪ੍ਰਤੀ ਅਵੇਅਰ ਕੀਤਾ ਜਾ ਸਕੇ ਉਹਨਾਂ ਦਾ ਜਿਹੜਾ ਆ ਉਹ ਇਲਾਜ ਕੀਤਾ ਜਾ ਸਕੇ ਆਹ
4 लाख रुपया खर्चा इस कैंप का बड़ी बड़ी थोड़ी देर बाद नॉर्मल टेस्ट मैडम किन्ने च पैंदा जी वैसे कॉस्ट ਚਲ ਖਾਣਾ ਪੈਂਦਾ ਹਾਂਜੀ ਅਜਾ ਫਿਰ ਖਾ ਲੈਣੇ ਆ।
ਮੂੰਹ ਵਿੱਚੋਂ ਖੋਂਦਾ ਆਉਣਾ, ਗਲੇ ਵਿੱਚ ਸੋਜ ਜਾਂ ਦਰਦ ਹੋਣਾ। ਲੀਵਰ ਦਾ ਕੈਂਸਰ। ਆਮ ਤੌਰ ਤੇ ਲੀਵਰ ਦੇ ਕੈਂਸਰ ਦਾ ਕੋਈ ਲੱਛਣ ਨਹੀਂ ਹੁੰਦਾ, ਪਰ ਫਿਰ ਵੀ ਸਾਹ ਲੈਣ ਵਿੱਚ ਰੁਕਾਵਟ ਜਾਂ ਪਰੇਸ਼ਾਨੀ, ਛਾਤੀ ਵਿੱਚ ਦਰਦ, ਖਾਂਸੀ ਰਾਹੀਂ ਬਲਗਮਾਉਣਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਕੁਲਜੀਤ ਕੌਰ, ਟੀਮ ਇੰਚਾਰਜ ਵਰਡ ਕੈਂਸਰ ਕੇਅਰ। ਅੱਜ ਸਾਡੀ ਵਰਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਕੈਂਸਰ ਅਵੇਅਰਨੈਸ ਐਂਡ ਡਿਟੈਕਸ਼ਨ ਦਾ ਕੈਂਪ ਇਸ ਪਿੰਡ ਦੇ ਵਿੱਚ ਲਗਾਇਆ ਜਾ ਰਿਹਾ, ਜਿਹੜੇ ਕਿ ਗਹਿਲ ਪਿੰਡ ਦੇ ਵਿੱਚ ਲਗਾਇਆ ਜਾ ਰਿਹਾ, ਜਿੱਥੇ ਕਿ ਅਸੀਂ ਲੋਕਾਂ ਨੂੰ, ਸਾਡਾ ਮੇਨ ਮਕਸਦ ਹੈਗਾ ਲੋਕਾਂ ਨੂੰ ਕੈਂਸਰ ਦੀ ਜਿਹੜੀ ਕਿ ਨਾਮੁਰਾਦ ਬਿਮਾਰੀ ਹੈ ਇਸ ਬਾਰੇ ਜਿਹੜਾ ਕਿ ਜਾਗਰੂਕ ਕਰਨਾ, ਅਤੇ ਇਹਦੇ ਜਿਹੜੇ ਮਹਿੰਗੇ ਟੈਸਟ ਆ ਉਹ ਬਿਲਕੁਲ ਫ੍ਰੀ ਕਰਨੇ। ਇਸ ਬਿਮਾਰੀ ਦੀ ਰਿਗਾਰਡਿੰਗ ਅੱਜ ਅਸੀਂ ਇੱਥੇ ਲੀਫਲੈਟ ਜਾਣਕਾਰੀ ਦੇ ਲਈ ਲੀਫਲੈਟ ਵਗੈਰਾ ਡਿਸਟ੍ਰੀਬਿਊਟ ਕਰਵਾ ਰਹੇ ਹਾਂ, ਅਤੇ ਨਾਲ ਦੀ ਨਾਲ ਸਾਡੀ ਇੱਕ ਵੀਡੀਓ ਡਾਕੂਮੈਂਟਰੀ ਚੱਲ ਰਹੀ ਹੈ ਜਿਹਦੇ ਵਿੱਚ ਕੈਂਸਰ ਦੇ ਲੱਛਣਾਂ ਬਾਰੇ, ਇਲਾਜ ਬਾਰੇ, ਅਤੇ ਆਪਾਂ ਕਿਸ ਤਰ੍ਹਾਂ ਕੈਂਸਰ ਤੋਂ ਬਚ ਸਕਦੇ ਹਾਂ, ਇਹ ਸਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਆ। ਅਤੇ ਨਾਲ ਦੀ ਨਾਲ ਆਪਾਂ 6 ਤਰ੍ਹਾਂ ਦੇ ਜਿਹੜੇ ਕੈਂਸਰ ਦੇ ਟੈਸਟ ਆ ਉਹਨਾਂ ਦੇ ਬਿਲਕੁਲ ਫ੍ਰੀ ਇੱਥੇ ਕਰ ਰਹੇ ਹਾਂ, ਜਿਹਦੇ ਵਿੱਚ ਪਹਿਲਾ ਹੈਗਾ ਲੇਡੀਜ਼ ਦੀ ਛਾਤੀ ਦੇ ਕੈਂਸਰ ਲਈ, ਜਿਹੜਾ ਮੈਮੋਗ੍ਰਾਫੀ ਟੈਸਟ, ਬੱਚੇਦਾਨੀ ਦੇ ਕੈਂਸਰ ਲਈ ਪੈਪਸਮੀਆ ਟੈਸਟ, ਗਦੂਦਾਂ ਦੇ ਕੈਂਸਰ ਲਈ PSA ਟੈਸਟ, ਬਲੱਡ ਕੈਂਸਰ ਲਈ ਟੈਸਟ, ਦੇ ਨਾਲ ਮੂੰਹ ਅਤੇ ਗਲੇ ਦੇ ਕੈਂਸਰ ਦੇ ਲਈ ਓਰਲ ਸਕਰੀਨਿੰਗ ਵੀ ਕੀਤੀ ਜਾ ਰਹੀ ਆ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਜਨਰਲ ਚੈੱਕਅਪ ਅਤੇ ਜਨਰਲ ਮੈਡੀਕੇਸ਼ਨ ਵੀ ਆਪਾਂ ਨਾਲ ਇੱਥੇ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ। ਇਸ ਦੇ ਰਿਗਾਰਡਿੰਗ ਹੁਣ ਮੈਂ ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਕੈਂਸਰ ਬਾਰੇ ਦੇ ਦਿੰਦੀ ਹਾਂ ਕਿ ਕੈਂਸਰ ਦੇ ਕਿਹੜੇ ਕਿਹੜੇ ਲੱਛਣ ਹੁੰਦੇ ਆ ਜਿਨ੍ਹਾਂ ਤੋਂ ਆਪਾਂ ਪਹਿਚਾਣ ਸਕਦੇ ਹਾਂ ਕਿ ਸਾਡੇ ਅੰਦਰ ਕਿਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਆ ਜਿਹੜੀ, ਇਹ ਕਿਤੇ ਬਣ ਤਾਂ ਨਹੀਂ ਰਹੀ ਜਾਂ ਡੈਵਲਪ ਤਾਂ ਨਹੀਂ ਹੋ ਰਹੀ ਕਿਸੇ ਹਿੱਸੇ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਸਿਰ ਤੋਂ ਸ਼ੁਰੂ ਕਰਦੇ ਹਾਂ। ਅਗਰ ਕਿਸੇ ਸਿਰ ਦੇ ਵਿੱਚ ਤਿੱਖੀ ਚੀਜ਼ ਪੈਂਦੀ ਹੈ ਜਾਂ ਦਰਦ ਰਹਿੰਦੀ ਹੈ ਜਿਹੜੀ ਕਿ ਠੀਕ ਨਹੀਂ ਹੁੰਦੀ, ਤੁਸੀਂ ਗੱਲਾਂ ਭੁੱਲਦੇ ਹੋ, ਤੁਸੀਂ ਦਵਾਈ ਖਾ ਲੈਂਦੇ ਤੁਹਾਡੀ ਸਿਰ ਦਰਦ ਠੀਕ ਹੋ ਜਾਂਦੀ ਹੈ, ਬਟ ਫਿਰ ਉਸੇ ਤਰ੍ਹਾਂ ਕੰਟੀਨਿਊ ਹੋ ਜਾਂਦੀ ਆ, ਤਾਂ ਇਹ ਹੈਗਾ ਬ੍ਰੇਨ ਕੈਂਸਰ ਦਾ ਜੇ ਕਾਰਨ ਹੋ ਸਕਦਾ, ਬ੍ਰੇਨ ਟਿਊਮਰ ਹੋ ਸਕਦਾ ਤੁਹਾਡੇ। ਇਸ ਤੋਂ ਇਲਾਵਾ ਤੁਹਾਡੇ ਗਲੇ ਵਿੱਚ ਬੁਰਕੀ ਲੱਗ ਕੇ ਲੰਘਦੀ ਆ, ਤੁਹਾਨੂੰ ਹੱਥੋਂ ਰਾਹੀਂ ਖੂਨ ਆਉਂਦਾ, ਇਹ ਵੀ ਇੱਕ ਗਲੇ ਵਾਲੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੋ ਸਕਦਾ। ਤੁਹਾਡੇ ਮੂੰਹ ਦੇ ਵਿੱਚ ਛਾਲੇ ਰਹਿੰਦੇ ਆ ਜਿਹੜੇ ਠੀਕ ਨਹੀਂ ਹੁੰਦੇ, ਜਾਂ ਚਿੱਟੇ ਵਾਈਟ ਪੈਚਸ, ਚਿੱਟੇ ਧੱਬੇ ਪੈ ਜਾਂਦੇ ਆ ਜਿਹੜੇ ਕਿ ਹਾਰਡ ਸਕਿਨ ਨੂੰ ਕਾਫੀ ਜ਼ਿਆਦਾ ਹਾਰਡ ਕਰ ਦਿੰਦੇ ਆ। ਤੁਸੀਂ ਮੈਡੀਕੇਸ਼ਨ ਲੈਂਦੇ ਹੋ ਬਟ ਉਹ ਠੀਕ ਨਹੀਂ ਹੋ ਰਹੇ, ਉਹ ਵੀ ਇੱਕ ਮੂੰਹ ਦੇ ਕੈਂਸਰ ਦਾ ਕਾਰਨ ਮੰਨੇ ਜਾਂਦੇ ਆ। ਇਸ ਤੋਂ ਇਲਾਵਾ ਤੁਹਾਡਾ ਭਾਰ ਆ ਜਿਹੜਾ ਮਹੀਨੇ ਦੇ ਵਿੱਚ 5-7 ਕਿਲੋ ਇੱਕਦਮ ਬਿਨਾਂ ਕਿਸੇ ਕਾਰਨ ਤੋਂ ਭਾਰ ਘੱਟ ਜਾਣਾ, ਇਹ ਵੀ ਇੱਕ ਬਲੱਡ ਕੈਂਸਰ ਦਾ ਕਾਰਨ ਮੰਨਿਆ ਜਾਂਦਾ। ਤੁਹਾਡੇ ਸਰੀਰ ਦੇ ਉੱਤੇ ਕੋਈ ਵੀ ਗਿਲਟੀ ਹੈਗੀ ਆ, ਗੰਢ ਹੈਗੀ ਆ, ਛੋਟੀ ਤੋਂ ਛੋਟੀ ਗੰਢ ਜਿਹੜੀ ਕਿ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਵੱਧ ਰਹੀ ਆ, 5-7 ਦਿਨਾਂ ਦੇ ਵਿੱਚ, ਮਹੀਨੇ ਦੇ ਵਿੱਚ, ਉਹਦਾ ਸਾਈਜ਼ ਆ ਜਿਹੜਾ ਪਹਿਲਾਂ ਨਾਲੋਂ ਵੱਧ ਰਿਹਾ, ਉਹ ਕੀ ਆ, ਕੈਂਸਰ ਦੀ ਗੰਢ ਹੋ ਸਕਦੀ ਆ, ਉਹਨੂੰ ਉਸੇ ਟਾਈਮ ਚੈੱਕਅਪ ਕਰਵਾਉਣ ਦੀ ਅਤੇ ਕਢਵਾਉਣ ਦੀ ਨੀਡ ਹੁੰਦੀ ਹੈ। ਬਾਕੀ ਕਈ ਲੋਕਾਂ ਦੇ ਵਿੱਚ ਗੰਢਾਂ ਹੁੰਦੀਆਂ ਜਿਹੜੀਆਂ 5-7 ਸਾਲ, 10 ਸਾਲ ਪੁਰਾਣੀਆਂ ਹੁੰਦੀਆਂ, ਉਹਨਾਂ ਤੋਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਕੈਂਸਰ ਦੀਆਂ ਗੰਢਾਂ ਨਹੀਂ ਹੁੰਦੀਆਂ, ਉਹ ਕਾਫੀ ਲੋਕਾਂ ਦੇ ਮਾਸ ਦੀਆਂ ਗੰਢਾਂ ਬਣ ਜਾਂਦੀਆਂ ਜਿਹੜੀਆਂ ਕਿ ਇਸੇ ਤਰ੍ਹਾਂ ਰਹਿਣ ਬਾਡੀ ਦੇ ਉੱਤੇ ਤਾਂ ਵੀ ਕੋਈ ਨੁਕਸਾਨ ਨਹੀਂ ਕਰਦੀ। ਇਸ ਤੋਂ ਇਲਾਵਾ ਤੁਹਾਡੇ ਸਰੀਰ ਦੇ ਉੱਤੇ ਕੋਈ ਵੀ ਜ਼ਖਮ ਹੈਗਾ ਜਿਹੜਾ ਠੀਕ ਨਹੀਂ ਹੁੰਦਾ, ਜਿਸ ਤਰ੍ਹਾਂ ਉਹਦਾ ਪਹਿਲਾ ਕਾਰਨ ਸ਼ੂਗਰ ਹੋ ਸਕਦੀ ਆ, ਪਰ ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀ ਤਾਂ ਉਹਦਾ ਦੂਸਰਾ ਕਾਰਨ ਕੀ ਹੈ, ਉਹ ਕੈਂਸਰ ਵੀ ਹੋ ਸਕਦਾ। ਤੁਹਾਡੇ ਵਾਸ਼ਰੂਮ ਜਾਂ ਲੈਟਰਿਨ ਵਾਲੀ ਜਗ੍ਹਾ ਤੋਂ ਖੂਨ ਆਉਂਦਾ, ਉਹਦਾ ਪਹਿਲਾ ਕਾਰਨ ਤੁਹਾਨੂੰ ਬਵਾਸੀਰ ਹੋ ਸਕਦੀ ਆ, ਬਟ ਜੇ ਬਵਾਸੀਰ ਨਹੀਂ ਹੈਗੀ ਤਾਂ ਸੈਕਿੰਡ ਨੰਬਰ 'ਤੇ ਤੁਹਾਨੂੰ ਆਂਤੜੀਆਂ ਦਾ ਕੈਂਸਰ ਵੀ ਹੋ ਸਕਦਾ। ਇਹ ਜਿਹੜੇ ਮੈਂ ਥੋੜ੍ਹੇ ਜਿਹੇ ਤੁਹਾਨੂੰ ਲੱਛਣ ਦੱਸੇ ਆ, ਮਿਲੇ ਜੁਲੇ ਲੱਛਣ ਹੈਗੇ ਆ ਜਿਹੜੇ ਕਿ ਆਮ ਅੱਜ ਕੱਲ੍ਹ ਨੋਰਮਲ ਪਾਏ ਜਾਂਦੇ ਆ। ਇਸ ਤੋਂ ਇਲਾਵਾ ਹਰ ਇੱਕ ਕੈਂਸਰ ਦੇ ਵੱਖਰੇ ਵੱਖਰੇ ਲੱਛਣ ਹੁੰਦੇ ਆ, ਜਿਹੜੇ ਕਿ ਆਪਾਂ ਸਾਡੀ ਵੀਡੀਓ ਡਾਕੂਮੈਂਟਰੀ ਦੇ ਵਿੱਚ ਦਿਖਾ ਰਹੇ ਹਾਂ। ਜਿਸ ਤਰ੍ਹਾਂ ਕਿ ਛਾਤੀ ਦੇ ਕੈਂਸਰ ਦੀ ਗੱਲ ਕਰੀਏ ਤਾਂ ਆਪਾਂ ਛਾਤੀ ਦੇ ਵਿੱਚ ਕੋਈ ਵੀ ਗਿਲਟੀ ਜਾਂ ਗੰਢ ਹੋਣੀ, ਛਾਤੀ ਦੇ ਵਿੱਚੋਂ ਪਾਣੀ ਨਿਕਲਣਾ ਜਾਂ ਕੋਈ ਜ਼ਖਮ ਵਗੈਰਾ ਬਣਿਆ ਹੋਣਾ, ਇਹ ਵੀ ਛਾਤੀ ਦੇ ਕੈਂਸਰ ਦੇ ਲੱਛਣ ਹੁੰਦੇ ਆ। ਇਸੇ ਤਰ੍ਹਾਂ ਹੀ ਬੱਚੇਦਾਨੀ ਦੇ ਅਤੇ ਹੋਰ ਕੈਂਸਰਾਂ ਦੇ ਜਿਹੜੇ ਕਾਫੀ ਸਾਰੇ ਲੱਛਣ ਹੁੰਦੇ ਆ, ਜਿਹੜੇ ਕਿ ਆਪਾਂ ਪ੍ਰਾਈਵੇਟਲੀ ਜਿਹੜੇ ਪੇਸ਼ੈਂਟ ਨੂੰ ਸੈਪਰੇਟਲੀ ਦੱਸ ਸਕਦੇ ਹਾਂ, ਤਾਂ ਇਹ ਜਿਹੜੇ 10-12 ਲੱਛਣ ਮੈਂ ਤੁਹਾਨੂੰ ਦੱਸਿਆ ਇਹ ਮੇਨ ਹੈਗੇ ਆ, ਇਹਨਾਂ ਨੂੰ ਸਪੈਸ਼ਲੀ ਧਿਆਨ ਦੇਣ ਦੀ ਲੋੜ ਹੈਗੀ ਆ। ਅਗਰ ਕਿਸੇ ਦੇ ਵਿੱਚ ਵੀ ਇਹ ਤੁਹਾਡੇ ਆਂਢ ਗੁਆਂਢ 'ਚ ਤੁਹਾਡੇ ਆਪਣੇ ਸਰੀਰ ਦੇ ਵਿੱਚ ਕਿਤੇ ਵੀ ਤੁਹਾਨੂੰ ਲੱਗਦੇ ਆ ਇੱਦਾਂ ਦੇ ਲੱਛਣ, ਤਾਂ ਕਾਈਂਡਲੀ ਕਿਰਪਾ ਕਰਕੇ ਸਾਡੇ ਜਿਹੜੇ ਇਹ ਵਾਲੇ ਕੈਂਪਸ ਹੈਗੇ ਆ, ਇੱਦਾਂ ਦੇ ਕੈਂਪਸ ਅਸੀਂ ਪੰਜਾਬ ਦੇ ਵਿੱਚ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ ਲਗਾਉਂਦੇ ਰਹਿੰਦੇ, ਇਹਨਾਂ ਦਾ ਫਾਇਦਾ ਲਓ, ਵੱਧ ਤੋਂ ਵੱਧ ਜਿਹੜੇ ਪੇਸ਼ੈਂਟ ਸਾਡੇ ਕੋਲ ਆ ਕੇ ਆਪਣਾ ਚੈੱਕਅਪ ਕਰਵਾਇਆ ਕਰੋ, ਤਾਂ ਕਿ ਆਪਾਂ ਇਸ ਨਾਮੁਰਾਦ ਬਿਮਾਰੀ ਤੋਂ ਬਚ ਸਕੀਏ ਅਤੇ ਕੈਂਸਰ ਪ੍ਰਤੀ ਪੂਰੇ ਅਵੇਅਰ ਹੋ ਕੇ ਪੰਜਾਬ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾ ਸਕੀਏ।
ਅਸੀਂ ਹੁਣ ਤੱਕ ਜੀ ਸਵੇਰ ਦੇ ਲਗਭਗ ਬਾਹਰ ਰਜਿਸਟ੍ਰੇਸ਼ਨ ਦੇ ਅਕੋਰਡਿੰਗ ਤਾਂ 200 ਦੇ ਕਰੀਬ ਪੇਸ਼ੈਂਟ ਹੋ ਚੁੱਕਾ ਪਰ ਇੱਥੇ ਸਾਡੇ ਕੋਲ 15 ਦੇ ਕਰੀਬ ਜਿਹੜੇ ਟੈਸਟ ਆਪਾਂ ਇੱਥੇ ਮੈਮੋਗ੍ਰਾਫੀ ਇਸ ਵਾਸਤੇ ਵਿੱਚ ਛਾਤੀ ਦੇ ਕੈਂਸਰ ਦੇ ਟੈਸਟ ਹੋ ਰਹੇ ਆ 15 ਦੇ ਕਰੀਬ ਆਪਾਂ ਇਹ ਕਰ ਚੁੱਕੇ ਹਾਂ ਅਤੇ ਨਾਲ ਦੀ ਨਾਲ ਜਿਹੜੇ ਪ੍ਰੋਸਟੇਟ ਕੈਂਸਰ ਦੇ ਲਈ ਅਤੇ ਬਲੱਡ ਕੈਂਸਰ ਦੇ ਲਈ 20 ਬੱਚੀ ਦੇ ਕਰੀਬ ਜਿਹੜੇ ਉਹ ਟੈਸਟ ਆਪਾਂ ਇਸ ਟਾਈਮ ਕਰ ਚੁੱਕੇ ਸਰ ਫਿਲਹਾਲ ਇੱਕ ਦੋ ਕੇਸ ਜਿਹੜੇ ਹੈਗੇ ਆ ਜਿਹੜੇ ਕਿ ਸਸਪੈਕਟਡ ਕੈਟਾਗਰੀ ਦੇ ਵਿੱਚ ਆਪਾਂ ਮੰਨ ਸਕਦੇ ਹਾਂ ਉਹਨਾਂ ਨੂੰ ਫੋਲੋ ਅਪ 'ਤੇ ਰੱਖ ਸਕਦੇ ਹਾਂ ਬਾਕੀ ਇਹਦੀ ਰਿਪੋਰਟਿੰਗ ਆ ਜਿਹੜੀ ਉਹ 25 ਡੇਜ਼ ਬਾਅਦ ਦੇ ਵਿੱਚ ਆਵੇਗੀ ਉਹ ਇੱਥੇ ਆਪਾਂ ਪੇਸ਼ੈਂਟ ਨੂੰ ਡਿਸਟ੍ਰੀਬਿਊਟ ਕਰਾਂਗੇ ਅਤੇ ਅਗਰ ਇਸ ਤੋਂ ਬਾਅਦ ਵੀ ਪੇਸ਼ੈਂਟ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹਾਂਜੀ ਅਗਰ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਅਗਰ ਕਿਸੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਤੇ ਆਪਾਂ ਨੂੰ ਲੱਗਦਾ ਕਿ ਇਹਨਾਂ ਟੈਸਟਿਸ ਦੇ ਵਿੱਚ ਪੇਸ਼ੈਂਟ ਨੂੰ ਅੱਗੇ ਫਰਦਰ ਟ੍ਰੀਟਮੈਂਟ ਦੀ ਲੋੜ ਹੈਗੀ ਆ ਉਹਨਾਂ ਦੇ ਕੈਂਸਰ ਵਰਗੀ ਪ੍ਰੋਬਲਮ ਆਉਂਦੀ ਹੈ ਤਾਂ ਗੌਰਮੈਂਟ ਜਿਹੜੀ 150 ਲੱਖ ਦਾ ਜਿਹੜਾ ਦੇ ਰਹੀ ਆ ਕਿ 1.5 ਲੱਖ ਦਾ ਜਿਹੜਾ ਫੰਡ ਗੌਰਮੈਂਟ ਦੇ ਰਹੀ ਆ ਪੇਸ਼ੈਂਟਸ ਨੂੰ ਪੰਜਾਬ ਦੇ ਲੋਕਾਂ ਨੂੰ ਤਾਂ ਅਸੀਂ ਉਹ ਫੋਰਮਸ ਵਗੈਰਾ ਸਾਡੇ ਕੋਲ ਅਵੇਲੇਬਲ ਹੁੰਦੇ ਆ ਅਤੇ SGPC 25,000 ਦੇ ਰਹੀ ਆ ਉਹ ਵੀ ਸਾਡੇ ਕੋਲ ਫੋਰਮਸ ਵਗੈਰਾ ਅਵੇਲੇਬਲ ਹੁੰਦੇ ਆ ਅਸੀਂ ਪੇਸ਼ੈਂਟ ਨੂੰ ਉਹ ਫੋਰਮ ਵਗੈਰਾ ਫਿਲਅਪ ਕਰਕੇ ਦਿੰਦੇ ਹਾਂ ਅਤੇ ਹੋਸਪਿਟਲ ਨਾਲ ਕੰਟੈਕਟ ਕਰਵਾਉਂਦੇ ਹਾਂ ਜਿੱਥੇ ਉਹ ਲਗਭਗ ਫ੍ਰੀ ਦੇ ਵਿੱਚ ਆਪਣਾ ਟ੍ਰੀਟਮੈਂਟ ਕਰਵਾ ਸਕਣ ਜਿਸ ਤਰ੍ਹਾਂ ਕਿ 100 ਦੇ ਵਿੱਚੋਂ 80% ਉਹਨਾਂ ਨੂੰ ਜਿਹੜਾ ਮਾਫੀ ਮਿਲ ਜਾਂਦੀ ਅਤੇ 20% ਮੈਡੀਸਨ ਵਗੈਰਾ ਦਾ ਉਹਨਾਂ ਨੂੰ ਖਰਚਾ ਕਰਨਾ ਪਹਿਲਾਂ ਮੇਰੇ ਦਾੜ ਹੈ ਨਹੀਂ ਸੀਗੀ ਕਾਫੀ ਸਾਲਾਂ ਮੈਂ ਸਟੂਡੈਂਟ ਲਾਈਫ 'ਚ ਕਿਤੇ ਕਢਵਾ ਬੈਠਾ ਜੀ ਉਸ ਤੋਂ ਬਾਅਦ ਜਿਹੜੀ ਖਾਲੀ ਜਗ੍ਹਾ ਸੀ ਅਤੇ ਡਾਕਟਰ ਕਹਿੰਦੇ ਕਿ ਜਿਹੜੇ ਦੰਦ ਹੈ ਹੇਠਾਂ ਨੂੰ ਆ ਜਾਂਦੇ ਆ ਤੁਸੀਂ ਇਹ ਲਵਾ ਲਓ ਸਮਾਨ ਪਵਾ ਲਿਆ ਸੀ ਕਾਫੀ 5-7 ਸਾਲ ਤੋਂ ਮੈਨੂੰ ਠੀਕ ਲੱਗਦਾ ਬਟ ਪਰ ਸਕਿਨ ਫਿਰ ਵੀ ਘਟਦੀ ਸੀ ਆਹ
ठीक है जी देखो हां जी हां जी शुगर दी शाबाश हां जी
Yeah.
ਪਿੰਡ ਗਹਿਲ ਬਜਾਰੀ ਕਾਂਗਰਸ ਪਾਰਟੀ ਵਾਈਸ ਪ੍ਰਧਾਨ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਅਤੇ ਸਾਡੇ ਪਿੰਡ ਦੇ ਵਿੱਚ ਇਹ ਪਹਿਲਾ ਬਲੱਡ ਕੈਂਪ ਕੈਂਸਰ ਕੈਂਪ ਲੱਗਾ ਜਿਹੜਾ ਪਾਲ ਸਿੰਘ ਗਿੱਲ ਪ੍ਰਕਾਸ਼ ਕੌਰ ਗਿੱਲ ਜੂਕੇ ਵਾਲਿਆਂ ਤੋਂ ਇਹਦੇ ਜੋ ਮਤਲਬ ਮਦਦ ਕੀਤੀ ਇਹਨਾਂ ਨੇ ਪੈਸੇ ਖਰਚ ਕੀਤੇ ਆ ਅਤੇ ਸਹਿਯੋਗ ਜਿਹਦੇ ਵਿੱਚ ਕੁਲਦੀਪ ਸਿੰਘ ਝੱਜ ਐੱਨ ਆਰ ਆਈ ਗਹਿਲ ਬਜਾਰੀ ਦਾ ਅਤੇ ਨਾਲ ਸੁਖਚਰਨ ਸਿੰਘ ਚਾਹਲ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਇਹ ਗਰੀਬਾਂ ਲਈ ਜੋ ਇੱਥੇ ਅੱਜ ਕੈਂਪ ਲੱਗਾ ਇਹ ਕੋਈ 260 ਦੇ ਕਰੀਬ ਇਹਦੇ ਵਿੱਚ ਮਰੀਜ਼ ਦੇਖੇ ਗਏ ਆ ਜਿਹਦੇ ਵਿੱਚ ਅੱਖਾਂ ਦਾ ਦੰਦਾਂ ਦਾ ਅਤੇ ਲੇਡੀਜ਼ ਲਈ ਖਾਸ ਕਰਕੇ ਕੈਂਸਰ ਦਾ ਅਤੇ ਬਾਕੀ ਜੈਂਟਸ ਲਈ ਸਾਰੇ ਫ੍ਰੀ ਟੈਸਟ ਕੀਤੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇੱਦਾਂ ਦੇ ਉਪਰਾਲੇ ਕਰਦੇ ਰਹਾਂਗੇ ਅਸੀਂ ਪਾਲ ਸਿੰਘ ਚਾਹਲ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਲਾਇਆ ਜੋ ਇਹ ਹਰ ਸਾਲ ਹੁਣ ਇਹ ਪਿੰਡਾਂ ਦੇ ਵਿੱਚ ਇਹੋ ਜਿਹੇ ਮਤਲਬ ਭਲੇ ਦੇ ਕੰਮ ਕਰਦੇ ਆ ਅਸੀਂ ਚਾਹੁੰਦੇ ਹਾਂ ਪਰਮਾਤਮਾ ਇਹਨਾਂ ਦੇ ਨਾਲ ਸਹਾਈ ਹੋਵੇ ਇਹ ਦਿਨ ਰਾਤ ਮਿਹਨਤ ਕਰਦੇ ਇੰਗਲੈਂਡ ਦੇ ਵਿੱਚ ਮਿਹਨਤ ਕਰ ਕਰਕੇ ਇਹਨਾਂ ਨੇ ਪੈਸੇ ਜੋੜੇ ਆ ਅਤੇ ਅੱਜ ਇਹ ਉਹਨਾਂ ਗਰੀਬਾਂ ਲਈ ਹਮਦਰਦ ਪੰਜਾਬ ਦੇ ਵਿੱਚੋਂ ਉੱਠ ਕੇ ਗਿਆ ਅੱਜ ਫਿਰ ਪੰਜਾਬ ਦੇ ਵਿੱਚ ਆ ਕੇ ਹਮਦਰਦ ਬਣ ਕੇ ਪੰਜਾਬੀਆਂ ਦੇ ਅੱਜ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਵਿੱਚ ਕੋਲ ਪੈਸਾ ਹੈ ਨਹੀਂ ਗਰੀਬ ਆ ਨਹੀਂ ਟੈਸਟ ਕਰਾ ਸਕਦੇ ਉਹਨਾਂ ਦੀ ਮਦਦ ਕਰਨ ਲਈ ਇਹ ਖੜ੍ਹੇ ਆ ਅਤੇ ਅੱਜ ਵੀ ਸਾਡਾ ਜਿਹੜਾ ਆਹ 24/10/17 ਨੂੰ ਜਿਹੜਾ ਕੈਂਪ ਲੱਗਾ ਜੋ ਇਹਦਾ ਖਰਚਾ ਸੀਗਾ ਇਹ ਪਾਲ ਸਿੰਘ ਗਿੱਲ ਅਤੇ ਬੀਬੀ ਪ੍ਰਕਾਸ਼ ਕੌਰ ਗਿੱਲ ਵੱਲੋਂ ਕੀਤਾ ਗਿਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਅਸੀਂ ਇਹਨਾਂ ਦੇ ਇੰਨੇ ਰਿਣੀ ਹਾਂ ਕਿ ਕੋਈ ਸਾਡੇ ਕੋਲ ਸ਼ਬਦ ਨਹੀਂ ਇਹਨਾਂ ਦਾ ਜੀ ਆਇਆਂ ਕਹਿਣ ਨੂੰ ਬਹੁਤ ਬਹੁਤ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਆਲੇ ਦੁਆਲੇ ਦੇ ਪਿੰਡ ਆ ਜਾਂ ਮੇਰੇ ਪਿੰਡ ਦੇ ਵਿੱਚ ਗਰੀਬ ਲੋਕ ਆ ਜਿਨ੍ਹਾਂ ਦੇ ਕੋਲ ਇਹ ਮਹਿੰਗੇ ਟੈਸਟ ਕਰਵਾਉਣ ਦਾ ਸਾਧਨ ਨਹੀਂ ਹੈ ਉਹ ਇਸ ਕੈਂਪ ਦਾ ਲਾਭ ਵੱਧ ਤੋਂ ਵੱਧ ਲਾਭ ਲੈ ਕੇ ਉਹਨੇ ਆਪਣੇ ਆਪ ਨੂੰ ਇਹ ਟੈਸਟ ਕਰਾਇਆ ਹੈ ਔਰ ਜਿਹੜੇ ਇਸ ਨਾਮਰਾਦ ਬਿਮਾਰੀ ਤੋਂ ਉਹ ਗਾਂ ਸੇਫ ਰਹਿਣਗੇ ਔਰ ਬਚਣਗੇ ਔਰ ਉਹਨਾਂ ਨੂੰ ਇਸ ਬਾਰੇ ਪਤਾ ਲੱਗੂਗਾ ਮੇਰਾ ਤਾਂ ਇੱਕੋ ਮਕਸਦ ਆ ਫ੍ਰੀ ਬੰਦਾ ਜਿਹੜਾ ਇੰਨੇ ਬਾਹਰ ਟੈਸਟ ਨਹੀਂ ਕਰਾ ਸਕਦਾ ਇਹ ਫ੍ਰੀ ਕੈਂਪ ਜਿਹੜਾ ਪਾਲ ਸਿੰਘ ਸੋਨੇ ਵਾਲਿਆਂ ਨੇ ਇੱਥੇ ਲਵਾ ਕੇ ਦਿੱਤਾ ਖਰਚਾ ਉਹਨੇ ਕੀਤਾ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ ਔਰ ਜਿਹੜੀ ਸੰਗਤ ਆਈ ਆ ਅਸੀਂ ਉਹਦੇ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਵਿੱਚ ਆ ਕੇ ਯੋਗਦਾਨ ਪਾਇਆ ਸਹਿਯੋਗ ਤੁਸੀਂ ਪਹਿਲਾਂ ਕੈਂਪ ਲਾਇਆ ਤੁਹਾਨੂੰ ਇੱਥੋਂ ਦੇ ਲੋਕਾਂ ਦੀ ਹੁਣ ਦੇਖ ਕੇ ਵੀ ਕਿੰਨਾ ਸਾਡਾ ਮੈਨੂੰ ਇਸ ਕੈਂਪ ਦੇ ਵਿੱਚ ਬਹੁਤ ਉਤਸ਼ਾਹ ਮਿਲਿਆ ਅਤੇ ਇੱਦਾਂ ਦੇ ਕੈਂਪ ਹਰ ਸਾਲ ਲੱਗਦੇ ਰਹਿਣ ਔਰ ਲੱਗਦੇ ਵੀ ਰਹਿਣਗੇ ਮੈਂ ਨਾ ਲਾਊਂ ਕੋਈ ਹੋਰ ਮੇਰਾ ਭਰਾ ਲਾਊਗਾ ਇਹ ਕੈਂਪਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਸੋਹਣੀ ਇੱਕ ਸੰਦੇਸ਼ ਜਾਊਗਾ ਕਿ ਵੀ ਇੱਦਾਂ ਦੇ ਕੈਂਪ ਕਹਿਣ ਜਾਰੀ ਲੱਗਦੇ ਰਹਿਣ ਅਸੀਂ ਉਹਦਾ ਲਾਭ ਉਠਾਉਂਦੇ ਰਹਿਣ ਥੈਂਕ ਯੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਧਾਰੀਵਾਲ ਭਾਈ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਧ ਦਿੱਤੀ ਹੈ ਇਹ ਸੇਧ ਦੇ ਕਾਰਨ ਅਸੀਂ ਸਾਨੂੰ ਆਪਣੇ ਵੀਰ ਕੁਲਦੀਪ ਸਿੰਘ ਭਾਈ ਸਾਹਿਬ ਬੱਚਾ ਪ੍ਰਸ਼ਾਂਤ ਸਿੰਘ ਸਤਸਿਆਨ ਸਿੰਘ ਸ਼ਿਵਰਾਜ ਸਿੰਘ ਇਹਨਾਂ ਦੀ ਸਹਾਇਤਾ ਨਾਲ ਮੇਰੇ ਪਤੀ ਵਾਹਿਗੁਰੂ ਪਾਲ ਸਿੰਘ ਇਹਨਾਂ ਦੀ ਸਹਾਇਤਾ ਦੇ ਨਾਲ ਇਹ ਸਾਰਾ ਕੈਂਪ ਲੱਗ ਰਿਹਾ ਹੈ ਵੀਰਾਂ ਦੇ ਹਿਸਾਬ ਨਾਲ ਸਹਾਇਤਾ ਨਾਲ ਇਹ ਸਾਰੀ ਕੋਲ ਸੇਵਾ ਹੋਈ ਹੈ ਇਹਨਾਂ ਦੀ ਅਸੀਂ ਬਹੁਤ ਧੰਨਵਾਦੀ ਹਾਂ ਅੱਗੇ ਤੋਂ ਵੀ ਮਹਾਰਾਜ ਕਿਰਪਾ ਕਰੇ ਸਾਰਿਆਂ ਵੀਰਾਂ ਅਤੇ ਭੈਣਾਂ 'ਤੇ ਇਹ ਕਿਰਪਾ ਹੋਵੇ ਕਿ ਸਾਰਿਆਂ ਪਿੰਡਾਂ ਵਿੱਚ ਇੱਧਰ ਕੈਂਪ ਲੱਗਣ ਦੁਨੀਆਂ ਦਾ ਭਲਾ ਹੋਵੇ ਅਸੀਂ ਸਰਬੱਤ ਦਾ ਹੀ ਭਲਾ ਮੰਗਦੇ ਹਾਂ ਗੁਰੂ ਮਹਾਰਾਜ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ